ਮਦਾਨ ਬਹੁਤ ਦੂਰ ਪਿਆ ਡਿੱਗਣਾ ਮੈਂ ਦੌਰਾ ਪੈ ਗਿਆ ਕਿਤੇ ਦੌਰਾ ਪੈ ਗਿਆ ਕਿੰਨੇ ਹੋ ਗਏ ਬਈ ਇਹ ਕਾਰੂ ਹੋ ਗਏ ਦਾਇਆ ਜਿਦਾ ਲੈਣੀ ਕਿੰਨੇ ਹੋ ਗਏ 2500 ਘੱਟ 50,000 ਹੋ ਗਿਆ 2500 ਘੱਟ 50 ਦੀਆਂ ਦੇਣੀਆਂ ਨੇ ਨਹੀਂ ਜੀ ਨਹੀਂ ਮਹਾਰਾਜ ਹੋਰ ਕਸਰ ਕਾਦੀ ਜਾਏਗੀ ਬੱਕਰੀਆਂ ਤੇ ਲੈ ਜਾਣੀਆਂ ਨੇ 75,000 ਦੀਆਂ ਨੇ ਤੇਰੇ ਵਾਸਤੇ ਸਾਰੀਆਂ ਛੱਡ ਤੂੰ ਕਾਹਨੂੰ ਐਵੇਂ ਡਾਂਗਾ ਮਾਰਦਾ ਤੂੰ ਰਾਜੂ ਲੰਦਾ ਰਾਜੂ ਹਾਂ ਜੀ ਆਹੀ ਲੈਣੇ ਆ ਉਹਦੇ ਵਿਆਹ ਦੇ ਕਦੇ ਓਏ ਆ ਇੱਧਰ ਦੇ ਵੇ ਆ ਚੱਲ ਹੋ ਗਈ ਓਏ ਉਹਦੇ ਵਿਆਹ ਦੇ ਕਦੇ ਮਹਾਰਾਜ ਜਾ ਹੋ ਗਈ ਜਮਈ ਨਹੀਂ ਹੁੰਦੀ ਇਹ ਬੱਕਰੀਆਂ 50 ਦੀਆਂ ਜਮਈ ਨਹੀਂ ਹੁੰਦੀ ਬੜ ਗਏ ਕਹਾਂ ਹੋ ਮੜਾ ਜਾ ਆ ਇੱਧਰ ਦੀਆਂ ਵਿਆਹ ਦੇ ਵਕਤ ਹੋ ਗਈ ਉਹ ਨਹੀਂ ਹੁੰਦੀਆਂ ਮਹਾਰਾਜ ਬੱਕਰੀਆਂ ਡਾਂਗਾ ਮਾਰਦੀਆਂ ਮਹਾਰਾਜ ਮਹਾਰਾਜ ਕਰੀਆਂ ਨਾ ਕੋਈ ਘੰਟਾ ਹੋ ਗਿਆ ਨੂੰ ਬੱਕਰੀਆਂ ਰੋਕੀਆਂ ਨੂੰ ਕਹਿੰਦਾ ਮੈਂ ਲਊਗਾ ਬੱਕਰੀਆਂ ਦਾ ਦੇਈਂ ਕੱਲ ਕਹਿੰਦਾ ਮੈਂ ਲੈਂਦਾ ਸੀ ਇਹ ਬੱਕਰੀ ਲੈਂਦਾ ਸੀ ਮੈਂ ਉੱਥੇ ਮੰਡੀ ਦੇ ਅੰਦਰ ਬੱਕਰੀਆਂ ਆ ਕੇ ਲਵੇ ਆ ਕੇ ਦੇਖ ਤਾਂ ਲੈ ਬੱਕਰੀਆਂ ਦੇਖੋ ਪੂਰੀਆਂ ਬੱਕਰੀਆਂ ਕੰਨ ਦਿਖਾਈ ਤੈਨੂੰ ਕਹਿਤੀ ਗੱਲ ਕਿੱਥੇ ਜੀ ਲੱਖ ਰੁਪਿਆ ਮੰਗਿਆ ਚਾਚਾ ਸਵੇਰੇ ਦੇ ਦੋ ਮੰਗ ਦੋ ਤੇਰੀ ਪੱਗ ਪੀਲੀ ਹੋ ਗਈ ਮੱਛਰੇ ਕਾਲੀ ਰਲੀ ਮਿਲੀ ਯਾਰ ਸਾਡਾ ਤਾਂ ਕੰਮ ਲਈ ਜੋ ਮੈਂ ਕਰਦਾ 2 ਲੱਖ ਦੀ ਮੈਥੋਂ ਮੈਨੂੰ ਲੋੜ ਹੈ ਮੈਂ 5 ਲੱਖ ਚੱਕ ਲਿਆ ਪੈਸੇ ਦਾ ਨਗਦੀ ਨੇ ਚਾਚਾ ਕੋਈ ਦਿੱਕਤ ਨੀ ਹੈਗੀ ਲੈ ਲੈ ਬਈ ਕੀ ਰਾਇ ਬਣੀ ਹੋਣਾ ਤੇਰੀ ਗੱਲ ਸੁਣ ਲੈ ਮੇਰੀ 2 ਘੱਟ 60 ਦੀਆਂ ਪਾਉਣੇ ਨਹੀਂ ਪੈਂਦੀਆਂ 2 ਘੱਟ 60,000 ਰੁਪਿਆ 58,000 ਰੁਪਿਆ ਲੱਗ ਗਿਆ 58,000 ਲਾਤਾ ਪੂਰੀਆਂ 60 ਦੀਆਂ ਪਾਉਣੇ ਨਹੀਂ ਪੈਂਦੀਆਂ ਮਹਾਰਾਜ ਜੀ 60,000 ਰੁਪਿਆ ਲਾਤਾ ਬਾਈ ਨੇ ਹਜੇ ਵੀ ਕਸਰ ਹੈ ਤੂੰ ਵੀ ਬੋਲਦੇ ਕੁਛ ਮੈਂ ਲਾ ਦੇ ਇੱਕ 7 ਲਾ ਦੇ ਹਾਂ ਲਾ ਦੇ ਲਾ ਦੇ 7 ਲਾ ਦੇ ਲੈ ਵੀ ਚਾਹੁੰਦੇ ਇੱਥੇ ਹੱਥ ਕਰ ਵਧੇ ਮੈਦਾਨ ਦੇਖਣਾ ਵਧੇ ਰਾਈ ਤਾਂ ਲਓ ਜੀ ਹਜੇ ਤਾਂ ਮੈਦਾਨ ਬਹੁਤ ਦੂਰ ਪਿਆ ਦੂਰ ਪਿਆ ਬਹੁਤ ਦੂਰ ਪਿਆ ਵਧੇ ਮੈਦਾਨ ਲੈ ਸਿੰਘ ਬਈ ਨਾ ਮੈਂ ਇਹਨੂੰ ਨਾ ਪੁੱਛਾਂ ਨੇ ਨਾ ਕੋ ਕਰੇ ਪੂਰੇ 65,000 ਨੇ ਸ਼ਾਬਾਸ਼ ਨਹੀਂ ਯਾਰ ਹੋ ਗਈ 5,000 5,000 ਪਤਾ ਕੱਠੀ 5,000 ਡਿੱਗਣਾ ਮੈਂ ਦੌਰਾ ਪੈ ਗਿਆ ਕਿਤੇ ਦੌਰਾ ਪੈ ਗਿਆ ਕੱਠੀ 5,000
ਇਹ ਨਹੀਂ ਵੜਦਾ ਫਿਰ ਤੇਰਾ ਚੇਲਾ, ਤੇਰਾ ਚੇਲਾ ਨਹੀਂ ਵੜਦਾ ਇਹ ਤੇਰਾ ਨਹੀਂ ਮਰ ਕਰਦਾ ਬਿਲਕੁਲ ਨਾ ਲੈ ਕੇ ਜਾਈ ਠੀਕ ਆ ਇਹਨਾਂ ਦੇ ਗਾਹਕ ਬਥੇਰੇ ਕਰ ਬੱਕਰੀਆਂ ਤੇਰੇ ਵਾਸਤੇ 70,000 ਦੀਆਂ ਨੇ ਮਹਾਰਾਜ ਲੈ ਤੈਨੂੰ ਨੇੜੇ ਆ ਗਿਆ 1 ਰੁਪਿਆ ਵੀ ਘੱਟ ਜਮਾਂ ਨੀ ਹੁੰਦੀਆਂ ਹੁਣ ਬਸ ਫਿਰ ਹੋਰ ਕਿਉਂ ਗਿਆ ਹੋ ਗਿਆ ਮਾਲ ਹੀ ਦਿਖਦਾ ਕੱਲ ਬਥੇਰੀਆਂ ਵਿਕੀਆਂ ਨੇ ਉਹ ਬਾਈ 2 ਘੰਟੇ ਹੋ ਗਏ ਇਹਨੂੰ ਰੋਕਦੇ ਨੂੰ ਬੱਕਰੀਆਂ 4-5 ਗਾਹਕ ਆਪਦੇ ਹੱਥੀ ਲੈ ਗਿਆ ਬੱਕਰੀ ਦੇ ਸਕਦੇ ਕਿੰਨਾ ਦੀ ਲੈ ਉੱਥੇ ਵਧੀਆ ਹੀ ਬੇਈਮਾਨਾ ਇਹਦਾ ਆਪਦਾ ਸੀ ਅਜੇ ਬੱਕਰੀ ਬੇਈਮਾਨਾ ਨਹੀਂ ਜੀ ਮੈਂ ਦੇਣੀ ਨਹੀਂ ਲੋਕਾਂ ਦਾ ਲੱਗੀ ਹੁੰਗੀ ਗਿਆ ਸੋਨ ਵਾਲੀ ਰਹੀ ਅੱਖ ਮੰਗਣੇ ਹੀ ਸੀ ਮਹੀਨਾ ਲੂਗੀ ਇੱਕ ਮੈਂ ਤਾਂ ਤੈਨੂੰ ਮਹੀਨੇ ਚ ਰੁਕ ਕੇ ਪੈਸੇ ਵੀ ਦੇਣੇ ਨੇ ਅੱਜੇ ਕਿਹੜਾ ਚੱਕਦੇ ਤੇ ਇੱਕ ਮਹੀਨਾ ਤੈਨੂੰ ਐਸੇ ਵੀ ਨੂੰ ਮਿਲਣਗੇ ਕਿਤੇ ਨਹੀਂ ਜਾਂਦੇ ਐਸੇ ਵੀ ਨੂੰ ਉਹ ਕਿਤੇ ਤਾਂ ਨਹੀਂ ਜਾਂਦੇ ਐਸੇ ਵੀ ਨੂੰ ਤੈਨੂੰ ਉੱਚੇ ਕਰਦੀਆਂ ਨੇ ਹੈਗੀਆਂ ਨੇ 37-37 ਚ ਕਰਦੀ ਹੋਣੀ ਆ ਜਾ ਆਰਾਮ ਨਾਲ ਬਾਈ 37-37 ਚ ਕਰਦਾ ਹੀ ਕਰ ਦੋ ਹੁਣ 38 ਕਰਦੀਆਂ ਬੱਕਰੀਆਂ 37-37 ਹਾਈਟ ਦੀ ਕਮਾਈ ਹੋਈ ਇਹਨਾਂ ਨੂੰ ਪੱਕੀ ਲੋਹੇ ਦੇ ਬਾਈ ਪੱਕੇ ਲੋਹੇ ਰੰਗ ਦੀਆਂ ਬੱਕਰੀਆਂ ਨੇ ਗੱਬੜਾ ਹੈਗੇ ਨੇ 3.5 ਮਹੀਨੇ ਦੇ ਆ ਰਾਜੂ ਵਾਸਤੇ ਆਪਦੇ ਵਾਸਤੇ ਲਈਆਂ ਰਾਜੂ ਵੇਚਣੀਆਂ ਤਾਂ ਨੀ ਵੇਚਦੀ ਸਮਾਂ ਦੱਸੂ ਪਰ ਹਜੇ ਤਾਂ ਇਹ ਘਰੇ ਲੈ ਕੇ ਜਾਊਂਗਾ ਹਜੇ ਨੀ ਵੇਚਣੀਆਂ ਮੈਨੂੰ ਪਸੰਦ ਆ ਗਏ ਠੀਕ ਆ ਮੇਰੇ ਲਵੇ ਬੱਕਰੀਆਂ ਇੰਨੀਆਂ ਹੀ ਨੇ ਇਦੂ ਵੀ ਤਕੜੀਆਂ ਨੇ ਵਿੱਚ ਪੂਰੀ ਗਾਡਰ ਵਰਗੀ ਪੱਠ ਵੀ ਬਰੋਬਰ ਦੀ ਉਹਦੇ ਮਿਲੀ ਵੀ ਮੈਨੂੰ ਰੇਟ ਚ ਝੂਠ ਨੀ ਬੋਲਦਾ 25 ਚ ਇੰਨਾ ਤੋਂ ਤਕੜੀ ਹੈ ਕੰਨ ਬੰਨਾ ਬਹੁਤ ਲੱਗਿਆ ਹੈ ਸੌਦਾ ਹੋ ਗਿਆ ਜੀ 2.70 ਦਾ ਰਾਜੂ ਨੇ ਆਪ ਖਰੀਦਿਆ ਨੇ ਅੱਧੇ ਵਾਸਤੇ ਜੇ ਕੋਈ ਜਿਆਦੀ ਖੜੇ ਪੈ ਗਿਆ ਤੇ ਚੈਨਲ ਤੇ ਨਵੀਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਪੇਜ ਤੇ ਤਾਂ ਫੋਲੋ ਜ਼ਰੂਰ ਕਰਨਾ ਇਹ ਪਨੇਰ ਬੱਕਰਾ ਮੰਡੀ ਹੈ ਜੀ ਸਾਰੀਆਂ ਇਸੇ ਡਿਜ਼ਾਈਨ ਦੀਆਂ ਮਿਲਦੇ ਹੀ ਅਗਲੀ ਵੀਡੀਓ ਦੇ ਵਿੱਚ ਸੌਦਾ ਹੋ ਚੁੱਕਿਆ ਹੈ ਸ਼ੁਕਰੀਆ ਜੀ ਬਾਕੀ ਪੈਸੇ ਤੇ ਲਾ ਰਾਜੂ ਆਪਦੇ ਆਪ ਕਰ ਲੂ ਇਹ ਕਰੇ ਹਜਾ ਛੇਲਾ ਖੜਾ ਚੈਂਪੀਅਨ ਪੈਣ ਚੋ ਕਹਿੰਦਾ ਹਜੇ ਦੁੱਗਾ ਵੀ ਨਹੀਂ ਹੋਇਆ ਖੀਰਾ ਬੱਚਾ ਦੁੱਤਾ ਖੜਾ